ਲਗਾਤਾਰ ਪੈ ਰਿਹਾ ਮੀਂਹ ਲੋਕਾਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ, ਜਿਸ ਕਰਕੇ ਲੋਕ ਪਰੇਸ਼ਾਨ ਹੋ ਗਏ ਨੇ। ਤਸਵੀਰਾਂ ਦੇਖੋ ਕਿ ਭਾਰੀ ਮੀਂਹ ਤੋਂ ਬਾਅਦ ਕਿਸ ਕਦਰ ਪਾਣੀ ਭਰਿਆ ਹੋਇਆ ਹੈ ਕਿ ਲੋਕ ਆਪਣੇ ਘਰ ਦੇ ਵਿਹੜੇ ਵਿੱਚ ਕਿਸ਼ਤੀਆਂ ਚਲਾ ਰਹੇ ਨੇ। ਇਹ ਤਸਵੀਰਾਂ ਨੇ ਜਿੱਥੇ ਘਰਾਂ ਦੇ ਘਰ, ਪਿੰਡਾਂ ਦੇ ਪਿੰਡ ਪਾਣੀ 'ਚ ਡੁੱਬ ਚੁੱਕੇ ਨੇ। ਨਦੀਆਂ ਉਫਾਨ ਤੇ ਨੇ ਤੇ ਹੜ੍ਹਾਂ ਦੇ ਨਾਲ ਦਰਜਨ ਤੋਂ ਵੱਧ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ। ਲੋਕਾਂ ਦੇ ਘਰ, ਮੰਜੇ, ਹਰ ਚੀਜ਼ ਪਾਣੀ 'ਚ ਡੁੱਬ ਚੁੱਕੀ ਹੈ, ਜੋ ਕਿ ਇਹਨਾਂ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਬਾਹਰ ਨਿਕਲਣਾ, ਖਾਣਾ ਪੀਣਾ ਸਭ ਕੁਝ ਮੁਹਾਲ ਹੋ ਗਿਆ। 2 ਲੱਖ ਤੋਂ ਵੱਧ ਲੋਕਾਂ ਨੂੰ ਇੱਥੋਂ ਰੈਸਕਿਊ ਵੀ ਕੀਤਾ ਜਾ ਚੁੱਕਿਆ, ਪਰ ਜੋ ਲੋਕ ਇੱਥੇ ਪਾਣੀ 'ਚ ਫਸੇ ਹੋਏ ਨੇ ਉਹਨਾਂ ਲਈ ਵੱਡੀ ਮੁਸੀਬਤ ਖੜੀ ਹੋ ਚੁੱਕੀ ਹੈ। ਨਾ ਖਾਣ ਨੂੰ ਦਾਣਾ ਹੈ ਤੇ ਨਾ ਹੀ ਉਹ ਕਿਤੇ ਬਾਹਰ ਜਾ ਕੇ ਕੋਈ ਖਰੀਦਾਰੀ ਕਰ ਸਕਦੇ ਨੇ। ਬਾਜ਼ਾਰ, ਪਿੰਡ, ਹਰ ਚੀਜ਼ ਪਾਣੀ 'ਚ ਡੁੱਬੀ ਪਈ ਹੈ। ਤਸਵੀਰਾਂ ਉੱਤਰ ਪ੍ਰਦੇਸ਼ ਦੇ ਸੁਜੌਲੀ ਦੀਆਂ ਨੇ, ਜਿੱਥੇ 1 ਦਰਜਨ ਤੋਂ ਵੱਧ ਪਿੰਡ ਇਸੇ ਤਰ੍ਹਾਂ ਪਾਣੀ ਨਾਲ ਭਰੇ ਹੋਏ ਨੇ। ਪਾਣੀ ਵੀ ਇੰਨਾ ਹੈ ਕਿ ਲੋਕ ਘਰ ਦੇ ਵਿਹੜੇ ਦੇ ਵਿੱਚ ਹੀ ਕਿਸ਼ਤੀਆਂ ਚਲਾ ਕੇ ਇੱਧਰ ਉੱਧਰ ਜਾ ਰਹੇ ਨੇ ਅਤੇ ਹੋਰ ਲੋਕਾਂ ਨੂੰ ਵੀ ਬਚਾਇਆ ਜਾ ਰਿਹਾ ਹੈ। ਰੈਸਕਿਊ ਟੀਮਾਂ ਦੇ ਵੱਲੋਂ ਵੀ 2 ਲੱਖ ਤੋਂ ਵੱਧ ਲੋਕਾਂ ਨੂੰ ਵੱਖਰੇ ਵੱਖਰੇ ਪਿੰਡਾਂ 'ਚੋਂ ਬਾਹਰ ਕੱਢਿਆ ਗਿਆ ਹੈ, ਸੁਰੱਖਿਅਤ ਥਾਂ ਤੇ ਪਹੁੰਚਾਇਆ ਗਿਆ ਹੈ। ਦੱਸ ਦਈਏ ਕਿ ਇੱਥੇ ਲਗਾਤਾਰ ਬਰਸਾਤ ਹੋ ਰਹੀ ਹੈ, ਜਿਸ ਕਰਕੇ ਨਦੀਆਂ ਉਫਾਨ ਤੇ ਨੇ, ਦਰਿਆਵਾਂ ਦੇ ਵਿੱਚ ਪਾਣੀ ਵਧਿਆ ਹੋਇਆ ਹੈ, ਡੈਮ ਖੋਲੇ ਜਾ ਰਹੇ ਨੇ, ਫਲੱਡ ਗੇਟ ਖੋਲੇ ਜਾ ਰਹੇ ਨੇ, ਜਿਸ ਕਰਕੇ ਨਦੀਆਂ ਦੇ ਪਾਣੀ ਜਿਹੜੇ ਉਫਾਨ ਤੇ ਆਉਣ ਕਾਰਨ, ਵਧਣ ਕਾਰਨ ਹੜ੍ਹ ਆ ਚੁੱਕੇ ਨੇ ਤੇ ਪਿੰਡਾਂ ਦੇ ਪਿੰਡ ਇਸ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ। ਲੋਕਾਂ ਦੇ ਨਾਲ ਨਾਲ ਬੱਚੇ ਵੀ ਇਸ ਦੇ ਨਾਲ ਬੇਹਾਲ ਹੋ ਗਏ ਨੇ, ਜੋ ਨਾ ਤਾਂ ਘਰੋਂ ਬਾਹਰ ਨਿਕਲ ਪਾ ਰਹੇ ਨੇ ਤੇ ਨਾ ਹੀ ਜ਼ਮੀਨ ਤੇ ਉਤਰ ਪਾ ਰਹੇ ਨੇ। ਮੰਜਿਆਂ ਦੇ ਉੱਤੇ ਹੀ ਇਹਨਾਂ ਨੂੰ ਆਪਣਾ ਸਮਾਂ ਕੱਢਣਾ ਪੈ ਰਿਹਾ ਹੈ। ਉਹ ਵੀ ਅੱਧੇ ਅੱਧੇ ਮੰਜੇ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆਉਂਦੇ ਨੇ ਤੇ ਉਹਦੇ ਉੱਤੇ ਹੀ ਬੈਠੇ ਲੋਕ ਇੰਤਜ਼ਾਰ ਕਰ ਰਹੇ ਨੇ ਮਦਦ ਦਾ।